ਮਾਤਾ ਚਿੰਤਪੂਰਨੀ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੇ ਪਰਿਵਾਰ ਦਾ ਰਸਤੇ ਦੇ ਵਿੱਚ ਭਿਆਨਕ ਸੜਕੀ ਹਾਦਸਾ ਹੋਇਆ। ਅੱਗੇ ਜਾ ਰਹੇ ਟਰੈਕਟਰ ਟਰਾਲੀ ਦੇ ਨਾਲ ਕਾਰ ਦੀ ਭਿਆਨਕ ਟੱਕਰ ਹੋਈ। ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋਈ, ਬਾਕੀ ਜ਼ਖਮੀ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਪਰਿਵਾਰ ਮਾਤਾ ਚਿੰਤਪੂਰਨੀ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਸੀ ਤਾਂ ਅੱਗੇ ਜਾ ਰਹੇ ਟਰੈਕਟਰ ਟਰਾਲੀ ਦੇ ਨਾਲ ਕਾਰ ਦੀ ਭਿਆਨਕ ਟੱਕਰ ਹੋਈ। ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ, ਟਰੈਕਟਰ ਵੀ ਪਲਟ ਗਿਆ ਤਾਂ ਇਹ ਹਾਦਸਾ ਫਿਲੌਰ ਦੇ ਨੇੜੇ ਹੋਇਆ। ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੇ ਵਿੱਚ ਇੱਕ 1.5 ਸਾਲ ਦਾ ਬੱਚਾ ਗੰਭੀਰ ਜ਼ਖਮੀ ਹੋਇਆ। ਸੂਤਰਾਂ ਦੇ ਮੁਤਾਬਿਕ ਉਸ ਬੱਚੇ ਦੀ ਵੀ ਮੌਤ ਹੋ ਚੁੱਕੀ ਹੈ। ਤਾਂ ਦੱਸਦੀ ਹੈ ਕਿ ਮਾਤਾ ਚਿੰਤਪੂਰਨੀ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੇ ਪਰਿਵਾਰ ਦਾ ਰਸਤੇ ਦੇ ਵਿੱਚ ਭਿਆਨਕ ਹਾਦਸਾ ਹੋਇਆ। ਆਪਣੇ ਘਰ ਤਾਜਪੁਰ ਰੋਡ ਲੁਧਿਆਣਾ ਪਰਤ ਰਹੇ ਸੀ ਤਾਂ ਰਸਤੇ ਦੇ ਵਿੱਚ ਟਰੈਕਟਰ ਟਰਾਲੀ ਦੇ ਨਾਲ ਟੱਕਰ ਹੋਈ ਔਰ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਇੱਕ ਸ਼ਖਸ ਦੀ ਮੌਕੇ 'ਤੇ ਮੌਤ ਹੋ ਗਈ, ਪਰਿਵਾਰ ਜ਼ਖਮੀ ਹੋਇਆ ਜਿਸ ਨੂੰ ਫਿਲੌਰ ਦੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤੇਜ਼ ਰਫ਼ਤਾਰ ਦਾ ਕਹਿਰ ਸਾਫ਼ ਤੌਰ 'ਤੇ ਨਜ਼ਰ ਆਇਆ। ਅੱਗੇ ਜਾ ਰਹੇ ਟਰੈਕਟਰ ਨੂੰ ਪਿੱਛੋਂ ਆ ਰਹੀ ਕਾਰ ਨੇ ਭਿਆਨਕ ਟੱਕਰ ਮਾਰੀ। ਇਸ ਕਾਰ ਦੇ ਵਿੱਚ ਉਹ ਪਰਿਵਾਰ ਮੌਜੂਦ ਸੀ ਜੋ ਮਾਤਾ ਚਿੰਤਪੂਰਨੀ ਵਿਖੇ ਮੱਥਾ ਟੇਕ ਕੇ ਆਪਣੇ ਘਰ ਵਾਪਸ ਪਰਤ ਰਿਹਾ ਸੀ। ਇਹ ਹਾਦਸਾ ਫਿਲੌਰ ਦੇ ਨੇੜੇ ਹੋਇਆ। ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਇੱਕ ਬੱਚਾ ਜਿਸ ਦੀ ਉਮਰ 1.5 ਸਾਲ ਦੀ ਸੀ ਔਰ ਇਸ ਕਾਰ ਦੇ ਵਿੱਚ ਸਵਾਰ ਸੀ, ਉਹ ਵੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਭਿਆਨਕ ਹਾਦਸੇ ਦੇ ਵਿੱਚ ਉਸ ਦੀ ਵੀ ਜਾਨ ਚਲੀ ਗਈ। ਇੱਕ ਸ਼ਖਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦਕਿ ਬਾਕੀ ਦਾ ਪਰਿਵਾਰ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਹੈ। ਤਾਂ ਦੱਸਦੀ ਹੈ ਕਿ ਕਾਰ ਅਤੇ ਟਰੈਕਟਰ ਟਰਾਲੀ ਦੀ ਭਿਆਨਕ ਟੱਕਰ ਹੋਈ ਹੈ। ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਕਾਰ ਦੇ ਵਿੱਚ ਪੂਰਾ ਪਰਿਵਾਰ ਮਾਤਾ ਚਿੰਤਪੂਰਨੀ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਲੁਧਿਆਣਾ ਰੋਡ ਤਾਜਪੁਰ ਵਿਖੇ ਪਰਤ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਹ ਦਿਲ ਨੂੰ ਦਹਿਲਾਉਣ ਵਾਲਾ ਹਾਦਸਾ ਵਾਪਰ ਗਿਆ। ਚਿੰਤਪੂਰਨੀ ਤੋਂ ਜੀ ਮੈਂ ਵਾਪਸ ਆ ਰਿਹਾ ਸੀ ਲੁਧਿਆਣੇ ਨੂੰ ਅਤੇ ਰਾਹ 'ਚ ਇੱਥੇ ਫਲੋਰ ਕੋਲ ਮੇਰਾ ਐਕਸੀਡੈਂਟ ਹੋ ਗਿਆ ਜੀ। ਮੈਂ 90 ਦੀ ਸਪੀਡ 'ਤੇ ਆਪਣੇ ਆ ਰਿਹਾ ਸੀ, ਮੈਂ ਮੇਰੇ ਅੱਗੇ ਟਰੈਕਟਰ ਚੱਲ ਰਿਹਾ ਸੀ, ਮੈਂ ਉਹਨੂੰ ਡਿੱਪਰ ਮਾਰਿਆ ਜੀ। ਟਰੈਕਟਰ ਵਾਲੇ ਨੇ ਇੱਕੋ ਦਮ ਇੱਧਰ ਨੂੰ ਕਰ ਲਈ, ਜਿਹਦੇ ਕਰਕੇ ਮੈਨੂੰ ਮੌਕਾ ਨਹੀਂ ਮਿਲਿਆ। ਮੈਂ ਫਿਰ ਵੀ ਕੱਟਤੀ ਅਤੇ ਕੰਡਕਟਰ ਸਾਈਡ ਗੱਡੀ ਵੱਜ ਗਈ ਜੀ ਪੂਰੀ। ਕਿੰਨੇ ਜਣੇ ਸੀ, ਕਾਰ ਕਿਹੜੀ ਗੱਡੀ ਸੀ? ਮੇਰੇ ਕੋਲ ਜੀ ਆਰਟੀਆ ਗੱਡੀ ਹੈ ਜੀ, ਕਮਰਸ਼ੀਅਲ ਨੰਬਰ PB01E7124। ਕਿੰਨੇ ਜਣੇ ਸੀਗੇ ਜੀ? ਇਹ ਫੈਮਿਲੀ ਸੀਗੀ ਜੀ ਪੂਰੀ, ਇਹਨਾਂ ਦੀ 3 ਜਵਾਕ ਸੀਗੇ, ਨਹੀਂ 4 ਜਵਾਕ ਸੀਗੇ ਅਤੇ 6 ਵੱਡੇ ਬੰਦੇ ਸੀਗੇ ਜੀ। ਕਿੰਨਾ ਦੇ ਸੱਟਾਂ ਲੱਗੀਆਂ ਇਹ? ਹੁਣ ਜੀ ਮੈਂ ਆਪ ਇੱਥੇ ਬੈਠਾ ਜੀ, ਮੈਨੂੰ ਪਤਾ ਨਹੀਂ ਜੀ। ਲੁਧਿਆਣੇ ਜਾਣਾ ਸੀ? ਹਾਂਜੀ ਲੁਧਿਆਣੇ ਜਾਣਾ ਸੀ। ਹਾਂਜੀ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਨਾਲ ਪੇਸ਼ੈਂਟ ਆਏ ਆ 7, ਉਹਦੇ ਵਿੱਚੋਂ ਜਿਹਦੇ ਵਿੱਚੋਂ ਕਿ ਇੱਕ ਪੇਸ਼ੈਂਟ ਜਿਹੜਾ ਕਿ ਬਰੋਡਡ ਸੀਗਾ, ਪੇਸ਼ੈਂਟ ਦਾ ਨਾਮ ਹੈਗਾ ਸੌਰਵ ਕੁਮਾਰ ਜਿਹੜਾ ਬਰੋਡਡ ਸੀਗਾ। ਰੋਡ ਸਾਈਡ ਐਕਸੀਡੈਂਟ ਹੋਇਆ ਨੀਅਰ ਪੈਪਸੀ GT ਰੋਡ। ਠੀਕ ਹੈ। ਅਤੇ ਬਾਕੀ ਇੱਕ ਬੱਚਾ ਜਿਹੜਾ ਜਾ ਸੀਗਾ 4.5 ਸਾਲ ਦਾ, ਉਹਦਾ ਨਾਮ ਵੈਭਵ ਸੀਗਾ, ਉਹਨੂੰ ਆਪਾਂ ਡਿਸਟ੍ਰਿਕਟ ਹੋਸਪਿਟਲ ਲੁਧਿਆਣਾ ਰੈਫਰ ਕਰਤਾ, ਅਤੇ ਬਾਕੀ ਪੇਸ਼ੈਂਟ ਹਜੇ ਅੰਡਰ ਓਬਜ਼ਰਵੇਸ਼ਨ ਨੇ। ਬਾਕੀ ਹਜੇ ਫਿਲਹਾਲ ਤਾਂ ਕੁਛ ਕਹਿ ਨਹੀਂ ਸਕਦੇ ਉਹਨਾਂ ਬਾਰੇ, ਲੇਕਿਨ ਅੰਡਰ ਓਬਜ਼ਰਵੇਸ਼ਨ ਨੇ ਹਜੇ। ਦੀਦੀ ਬਾਬੂ ਜੀ, ਅੱਜ ਐਕਸੀਡੈਂਟ ਹੋਇਆ ਪੈਪਸੀ ਦੇ ਲਾਗੇ, ਕਾਹਦਾ ਹੋਇਆ ਐਕਸੀਡੈਂਟ, ਕਿੰਨੇ ਇੰਜਰਡ ਹੋਇਆ, ਕਿੰਨੇ ਕੀ ਕਹਿਣਾ ਚਾਹੁੰਦੇ? ਇੱਕ ਰੇਤੇ ਦੀ ਖਾਲੀ ਟਰੈਲੀ ਟਰੈਕਟਰ ਸਵਰਾਜ ਗੁਰਾਇਆ ਸਾਈਡ ਤੋਂ ਆ ਰਿਹਾ ਸੀ, ਉਹਦੇ ਮਗਰ ਇੱਕ ਕਾਰ ਇਟਿਕਾ ਸਵਾਰੀਆਂ ਵਾਲੀ ਜੋ ਮਾਤਾ ਚਿੰਤਪੂਰਨੀ ਤੋਂ ਆ ਰਹੀ ਸੀਗੀ, ਜਿਹਦੀ ਵਿੱਚ ਸਵਾਰੀਆਂ ਤਾਜਪੁਰ ਰੋਡ ਲੁਧਿਆਣੇ ਦੀਆਂ ਸਨ,
ਅਚਾਨਕ ਉਹਨੂੰ ਡਰਾਈਵਰ ਨੂੰ ਪਤਾ ਨਹੀਂ ਕੀ ਹੋਇਆ ਜਾਂ ਨੀਂਦ ਆ ਗਈ ਆ ਅਤੇ ਉਹਦੀ ਗੱਡੀ ਜਿਹੜੀ ਹੈ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਟਰਾਲੀ ਦੇ ਪਿੱਛੇ ਲੱਗੀ ਹੈ ਅਤੇ ਉਹਦੇ ਵਿੱਚ ਚਾਰ ਪੰਜ ਸਵਾਰੀਆਂ ਜਿਹੜੀਆਂ ਇੰਜਰਡ ਆ ਅਤੇ ਇੱਕ ਦੀ ਡੈਥ ਹੋ ਚੁੱਕੀ ਹੈ ਅਤੇ ਇੱਕ ਬੱਚਾ ਜ਼ਿਆਦਾ ਇੰਜਰਡ ਆ ਉਹ ਡੀ ਐਮ ਸੀ ਰੈਫਰ ਕਰਤਾ ਹੈ। ਟਰਾਲੀ ਦਾ ਟਰੈਕਟਰ ਦਾ ਡਰਾਈਵਰ ਉਹ ਵੀ ਸੱਟ ਲੱਗੀ ਸਿਰ ਦੇ ਵਿੱਚ ਉਹਨੂੰ ਵੀ ਹੋਸਪਿਟਲ ਲੈ ਕੇ ਗਏ ਆ। ਉਹ ਤੇ ਬਿਆਨ ਕੋਈ ਜੋ ਵੀ ਕਾਰਵਾਈ ਬਣਦੀ ਹੈ ਕਰਾਂਗੇ। ਬਸ ਕਰੇਨ ਆ ਗਈ ਉਹਨੂੰ ਖੋਲਦੇ ਪਏ ਆ, ਸੰਚਾਰੂ ਢੰਗ ਨਾਲ ਚਲਾ ਰਹੇ ਹਾਂ।